ਤੇ ਵੀਰੋ ਜਿਹੜੀ ਇਹ 40 ਨੰਬਰ ਗਾਂ ਕੀ ਇਹ ਆਪਾਂ ਸੇਲ ਕਰਨੀ ਆਂਗੀ ਇਹਦੀ ਆਪਾਂ ਪੂਰੀ ਜਾਣਕਾਰੀ ਦਵਾਂਗੇ ਵੀ ਇਹਦੇ ਕਿਹੜਾ ਸਿਮਨ ਲੱਗਿਆ ਹੋਇਆ ਹੈਗਾ ਤੇ ਆਪ ਕਿਹੜੇ ਸਿਮਨ ਦੀ ਆਗੀ ਤੇ ਇਹਦਾ ਮਿਲਕ ਰਿਕਾਰਡ ਕੀ ਹੈਗਾ ਓਵਰਆਲ ਸਾਰੀ ਇਨਫੋਰਮੇਸ਼ਨ ਦਵਾਂਗੇ ਇਹਦੇ ਬਾਰੇ ਆਪਾਂ ਤੇ ਕਿੰਨਾ ਟਾਈਮ ਇਹਦਾ ਸੂਨਦਾ ਰਹਿੰਦਾ ਹੈਗਾ ਤੇ ਇੱਕ ਵੀਰੋ ਇਹ ਗਾਂ ਕੀ ਇਹ ਵੀ ਆਪਾਂ ਸੇਲ ਕਰਾਂਗੇ ਵੀ ਇਹਦੇ ਬਾਰੇ ਵੀ ਜਾਣਕਾਰੀ ਦਵਾਂਗੇ ਕਿਹੜਾ ਸਿਮਨ ਲੱਗਿਆ ਹੋਇਆ ਹੈਗਾ ਤੇ ਇਹਦਾ ਮਿਲਕ ਰਿਕਾਰਡ ਕੀ ਮਤਲਬ ਕਿੰਨਾ ਰਿਹਾਗਾ ਤੇ ਬਾਕੀ ਵੀਰੋ ਆਪਣੇ ਕੋਲ ਐਨੀਮਲ ਜਾਦੇ ਹੋ ਚੁੱਕੇ ਨੇਗੇ ਤੇ ਪ੍ਰੋਪਰ ਲੌਕ ਦੇ ਵਿੱਚ ਵੀ ਨਹੀਂ ਆਉਂਦੇ ਹੈਗੇ ਜਿਹੜੀਆਂ ਆਪਣੀਆਂ ਉਧਰ ਹੀ ਫਰਾਂ ਨੇਗੀਆਂ ਹੀਫਰ ਵਾਲਾ ਫਾਰਮ ਆਗਾ ਉੱਥੇ ਵੀ ਜਿਹੜੇ ਬੱਚੇ ਨੇਗੇ ਉਹ ਜਾਦੇ ਵੱਡੇ ਹੋ ਚੁੱਕੇ ਨੇਗੇ ਵੀ ਛੋਟਿਆਂ ਨੂੰ ਖਾਣ ਦੇ ਵਿੱਚ ਦਿੱਕਤ ਆਉਂਦੀ ਹੈ ਜੀ ਤੇ ਬਾਕੀ ਆਪਾਂ ਅੱਗੇ ਗਰਮੀ ਲੰਘਣ ਤੋਂ ਬਾਅਦ ਵੀ 4-5 ਗਾਵਾਂ ਹੋਰ ਸੇਲ ਕਰਾਂਗੇ ਤੇ ਉਹ ਨਾਲ-ਨਾਲ ਆਪਾਂ ਡਿਟੇਲ ਦੱਸੀ ਚੱਲਾਂਗੇ ਜਿਹੜੀਆਂ ਆਪਾਂ ਸੇਲ ਕਰਾਂਗੇ ਤੇ ਫਿਲਹਾਲ ਵੀਰੋ ਆਪਾਂ ਇਹ 40 ਨੰਬਰ ਗਾਂਾਂ ਕੀ ਤੇ ਉਹਦਾ ਆਪਾਂ ਟੈਗ ਨੰਬਰ ਦੇਖ ਲੈਨੇਗੇ ਕਿੰਨਾ ਗਾ ਤੇ ਇਹ ਆਪਾਂ ਸੇਲ ਕਰਾਂਗੇ ਤੇ ਵੀਰੋ ਜੇ ਆਪਾਂ ਹੁਣ ਗੱਲ ਕਰੀਏ ਇਹ ਗਾਂ ਦੀ ਤੇ ਇਹ ਵੀਰੋ ਹੈਗੀ ਹੈ ਕਿ এবੀਐਸ ਸਿਮਨ ਦੀ ਤੇ ਜਿਹੜਾ ਇਹਦੇ ਸਿਮਨ ਲੱਗਿਆ ਹੋਇਆ ਹੈਗਾ ਸੈਕਟ ਸਿਮਨ ਲੱਗਿਆ ਹੋਇਆ ਹੈਗਾ এবੀਐਸ ਦਾ ਰੋਡਿਓ ਸਿਮਨ ਤੇ ਇਹਦਾ ਪ੍ਰਾਭੂ ਜਿਹੜਾ ਮਿਲਕ ਰਿਕਾਰਡ ਰਿਹਾ ਆਪਣੇ ਕੋਲ 34 ਲੀਟਰ ਦਿੱਤਾ ਇਹਨੇ ਤੇ ਤੀਜੀ ਸੂਏ ਇਹਨੇ ਸੂਣਾਗਾ ਹੁਣ ਇਸ ਟਾਈਮ ਤੇ ਜਿਹੜਾ ਇਹਦਾ ਸੂਆ ਪਊਗਾ ਤੀਜਾ ਸੂਆ ਪਊਗਾ ਤੇ ਪਿਛਲਾ ਜਿਹੜਾ ਇਹਦਾ ਮਿਲਕ ਸੀਗਾ 34 ਲੀਟਰ ਦਿੱਤਾ ਸੀ ਇਹਨੇ ਆਪਾਂ ਨੂੰ ਤੇ ਇਸ ਵਾਰ ਵੀਰੋ 2 ਜਾਂ 3 ਲੀਟਰ ਇਹਨੇ ਜ਼ਰੂਰ ਪਲੱਸ ਕਰਨਾਗਾ ਕਿਉਂਕਿ 4 5 ਸੂਏ ਐਨੀਮਲ ਪਲੱਸ ਹੁੰਦਾ ਜਾਂਦਾਗਾ ਦੁੱਧ ਮਤਲਬ ਚੌਥੇ ਜਾਂ ਪੰਜਵੇਂ ਸੂਏ ਤੱਕ ਗਾਵਾਂ ਦਾ ਜਿਹੜਾ ਦੁੱਧਾਗਾ ਇਨਕਰੀਜ਼ ਹੁੰਦਾਗਾ ਉਹ ਵਧਦਾ ਜਾਂਦਾਗਾ ਤੇ ਬਾਕੀ ਆਪਾਂ ਦਾ ਵੀਰੋ 34 ਲੀਟਰ ਕੈਕੀ ਮਤਲਬ ਸਾਨੂੰ ਦੱਸਾਂਗੇ ਡਿਟੇਲ ਦਵਾਂਗੇ ਵੀ ਇਹਦਾ 34 ਲੀਟਰ ਸੀ ਜਿਹੜਾ ਮਤਲਬ ਮਿਲਕ ਰਿਕਾਰਡ ਰਿਹਾ ਪਿਛਲੇ ਸੂਏ ਤੇ ਇਹ ਵੀ ਇਸ ਦਾ ਸੈਕਟ ਸਿੰਮਨ ਲੱਗਿਆ ਹੋਇਆਗਾ ਬਾਕੀ ਤੁਸੀਂ ਓਵਰਆਲ ਤੁਸੀਂ ਬੋਡੀ ਵੀ ਚੈੱਕ ਕਰ ਸਕਦੇ ਹੋਗੇ ਮਤਲਬ ਜਿਹੜਾ ਜਾਂ ਬੀਸੀਐਸ ਆਗਾ ਬਿਲਕੁਲ ਪਰਫੈਕਟ ਆਗਾ ਤੇ ਇਹਦਾ ਵੀਰੋ ਜਿਹੜਾ ਟਾਈਮ ਆਗਾ ਸੂਆ ਪੈਣ ਦਾ ਉਹ ਲਗਭਗ ਇਹਦਾ ਡੇਢ ਮਹੀਨਾ ਰਹਿੰਦਾਗਾ ਅੱਜ ਤੋਂ ਆਪਾਂ ਜੇ ਹਿਸਾਬ ਲਾਈਏ ਤਾਂ ਇਹਨੇ ਮਾਰਚ ਦੇ ਮਿਡ ਵਿੱਚ ਸੂਣਾਗਾ ਯਾਨੀ ਕਿ 10-15 ਮਾਰਚ ਤੱਕ ਇਹਦਾ ਸੂਆ ਪਊਗਾ ਤੇ ਕਈ ਵਾਰੀ ਕੀ ਹੁੰਦਾਗਾ ਜਿਵੇਂ ਹੁਣ ਦੂਰ ਦੇ ਵੀਰ ਨੇ ਜਿਵੇਂ ਮਹਾਰਾਸ਼ਟਰਾ ਤੋਂ ਨੇ ਗਏ ਤੇ ਉਹ ਗਾਂਵਾਂ ਲੈ ਕੇ ਜਾਂਦੇ ਨੇ ਕਿ ਉਹਨਾਂ ਨੂੰ ਦਿੱਕਤ ਆਉਂਦੀ ਹੈਗੀ ਕਿਉਂਕਿ ਜਦੋਂ 15 ਜਾਂ 20 ਦਿਨ ਰਹਿ ਜਾਣ ਗਾਂਵਾਂ ਦੇ ਤਾਂ ਉਦੋਂ ਲਿਜਾਣ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਕਿ ਕਈ ਵਾਰੀ ਡਿਲੀਵਰੀ ਪਹਿਲਾਂ ਹੋ ਜਾਂਦੀ ਹੈ ਕਿ ਐਨੀਮਲ ਸਟ੍ਰੈਸ ਚ ਰਹਿੰਦਾ ਹੈਗਾ ਬਿਮਾਰ ਹੋਣ ਦਾ ਵੀ ਡਰ ਰਹਿੰਦਾ ਹੈਗਾ ਦੇਖੋ ਜਾਂ ਤਾਂ ਕੀ ਹੁੰਦਾ ਹੈਗਾ ਐਨੀਮਲ ਦਾ ਸੂਹਾ ਪੈ ਜੇ ਤਾਂ ਫਾਇਦਾ ਉਹਨਾਂ ਨੂੰ ਲਿਜਾਣ ਦਾ ਜਾਂ ਘੱਟੋ ਘੱਟ 1 ਮਹੀਨਾ ਰਹਿੰਦਾ ਹੋਵੇ ਐਨੀਮਲ ਦਾ ਤਾਂ ਉਹਨਾਂ ਨੂੰ ਫਾਇਦਾ ਹੁੰਦਾ ਸੂਣ ਦਾ ਤੇ ਤਾਂ ਕਰਕੇ ਵੀਰੋ ਆਪਾਂ ਇਹ ਜਲਦੀ ਵੀਡੀਓ ਬਣਾ ਰਹੇ ਆਂਗੇ ਕਈ ਵਾਰੀ ਕੀ ਹੁੰਦਾ ਵੀਰਾਂ ਦੀ ਕੋਈ ਡਿਮਾਂਡ ਹੁੰਦੀ ਹੈ ਜਾਂ ਕਿਸੇ ਨੂੰ ਗਾਂ ਪਸੰਦ ਆ ਜਾਂਦੀ ਹੈਗੀ ਤੇ ਪਿਛਲੀ ਵਾਰੀ ਵੀ ਆਪਾਂ ਨੇ ਦੋ ਗਾਂ ਮੈਂਦਾ ਵੇਚੀਆਂ ਸੀ ਤੇ ਪਰ ਉਹ ਵੀਰੋ ਜਦੋਂ ਉਹਨਾਂ ਦਾ ਸੂਆ ਨੇੜੇ ਸੀਗਾ ਤਾਂ ਕਰਕੇ ਉਹ ਵੇਟ ਕਰੀ ਉਹਨਾਂ ਨੇ ਸੂਆ ਪੈਣ ਤੋਂ ਬਾਅਦ ਲੈ ਕੇ ਗਏ ਫਿਰ ਉਹ ਕਹਿੰਦੇ ਵੀ ਵੀ ਚਲੋ ਇੱਕ ਵਾਰ ਤੁਸੀਂ ਵੀਡੀਓ ਜ਼ਰੂਰ ਪਾਇਆ ਕਰੋ ਪਹਿਲਾਂ ਵੀ ਜੇ ਕਈ ਵਾਰੀ ਆਪਣੇ ਗਾਂ ਕੋਈ ਪਸੰਦ ਆਉਂਦੀ ਆ ਤਾਂ ਐਟ ਲਿਸਟ ਆਪਾਂ ਉਹਨਾਂ ਨੂੰ ਲਿਜਾ ਸਕੀਏ ਤੇ ਬਾਕੀ ਵੀਰੋ ਆਪਾਂ ਇਹਨਾਂ ਦੀ ਜਦੋਂ ਜੇ ਤਾਂ ਗਾਂ ਮ ਇਹ ਸੇਲ ਹੋ ਗਈਆਂ ਤਾਂ ਵੱਖ ਗੱਲ ਆ ਕਿ ਨਹੀਂ ਜਦੋਂ ਗਾਂ ਮ ਇਹ ਪ੍ਰੋਪਰ ਤਰੀਕੇ ਨਾਲ ਤਿਆਰ ਹੋਣਗੀਆਂ ਨਾ ਤਾਂ 10-15 ਦਿਨ ਰਹਿੰਦੇ ਆਪਾਂ ਜ਼ਰੂਰ ਫੇਰ ਇਹਨਾਂ ਦੀ ਦੁਬਾਰਾ ਤੋਂ ਵੀਡੀਓ ਬਣਾ ਦਾਂਗੇ ਤੇ ਹੁਣ ਆਪਾਂ ਵੀਰੋ ਗੱਲ ਕਰੀਏ ਜਿਹੜੀ ਆਪਣੀ ਅਗਲੀ ਗਾਂ ਦੀ ਇਹ ਇਹ ਵੀਰੋ ਹੈ ਗਿਆ ਕਿ ਆਪਣੀ ਸੈਕਿੰਡ 44 ਟੈਗ ਨੰਬਰ ਆਗਾ ਤੇ ਇਹਦਾ ਵੀਰੋ ਜਿਹੜਾ ਦੁੱਧ ਸੀਗਾ 35 ਲੀਟਰ ਦਿੱਤਾ ਲਗਭਗ ਦੋ ਦਿਨਾਂ ਦਾ ਸੇਮ ਸੀਗਾ ਤੇ ਇਹਦਾ ਜਿਹੜਾ ਸੂਆਗਾ ਉਹ ਦੂਸਰਾ ਸੂਆ ਪੈਣਾਗਾ ਤੇ ਇਹ ਵੀਰੋ ਆਪ ਜਿਹੜੀ ਪੀਡੀਐਫ ਦਾ ਡੈਂਸੀ ਸੀਮਨ ਸੀਗਾ ਉਹਦੀ ਗਾਹ ਕੀ ਇਹ ਤੇ ਦੂਜਾ ਸੂਆ ਪੈਣਾਗਾ ਤੇ ਤੁਸੀਂ ਬਾਕੀ ਦੇ ਜਿਹੜੇ ਥਾਨੇ ਵੀ ਆਪਾਂ ਤੁਹਾਨੂੰ ਦਿਖਾ ਦਈਏ ਤੇ ਇਹ ਵੀਰੋ ਮਤਲਬ ਫਰਬਰੀ ਦੇ ਜਮੀ ਲਾਸਟ ਦੇ ਵਿੱਚ ਜਾ ਕੇ ਇਹਦਾ ਟਾਈਮ ਪੂਰਾ ਹੋਣਾਗਾ ਮਤਲਬ ਫਰਬਰੀ ਦੇ ਜਮੀ ਲਾਸਟ ਜੇ ਜਾਂ ਮਾਰਚ ਦੇ ਪਹਿਲੇ ਵੀਕ ਇਹਦਾ ਸੂਆ ਪੈ ਜਾਣਾਗਾ 25 ਫਰਬਰੀ ਤੋਂ ਬਾਅਦ ਤਕਰੀਬਨ ਆਪਾਂ ਕਹਿ ਸਕਦੇ ਆਂਗੇ 25 26 ਫਰਬਰੀ ਨੂੰ ਇਹਦਾ ਟਾਈਮ ਪੂਰਾ ਹੋਊਗਾ ਪੰਜ ਚਾਰ ਦਿਨ ਉੱਪਰ ਵੀ ਲੈ ਜਾਂਦੇ ਨੇਗੇ ਹੋ ਸਕਦਾ ਮਾਰਚ ਦੇ ਪਹਿਲੇ ਵੀਕ ਤੱਕ ਚੱਲ ਜੇ ਇਹ ਤੇ ਇਹਦਾ 34 ਲੀਟਰ ਦੁੱਧ ਸੀਗਾ ਤੇ ਇਸ ਵਾਰ ਵੀ ਰੋ ਪੂਰੀ ਉਮੀਦ ਆ ਗਈ ਵੀ ਇਹ 40 ਦੇ ਕੋਲ ਜਾਊਏ ਜਾਊਗੀ ਤੇ ਬਾਕੀ ਆਪਾਂ ਤੁਹਾਨੂੰ ਜਿਹੜਾ ਰਿਕਾਰਡ ਆਗਾ ਪਿਛਲਾ ਉਹ ਉਹੀ ਦੱਸਾਂਗੇ ਵੀ ਇਹਨੇ ਆਪਾਂ ਨੂੰ 34 ਲੀਟਰ ਦੁੱਧ ਦੁੱਤਾ ਦੁੱਧ ਦੋਹੇ ਗਾਵਾਂ ਦਾ ਸੇਮ ਸੀਗਾ ਉਹ ਆਪਣਾ ਗਾਂ ਨੇ ਤੀਜੇ ਸੂਏ ਸੋਣਾਗਾ ਤੇ ਇਹਦਾ ਹੈਗਾਗਾ ਸੈਕੰਡ ਲੈਕਟੇਸ਼ਨ ਦਾ ਮਤਲਬ ਦੂਜੇ ਸੂਏ ਇਹਨੇ ਸੋਣਾਗਾ ਤੇ ਇਹਦੇ ਵੀਰੋਂ ਆਪਾਂ ਨੇ ਪਹਿਲਾਂ ਸੈਕ੍ਰੈਟ ਸਿਮਨ ਲਾਇਆ ਸੀ ਜਿਹਦੇ ਵਿੱਚ ਕਨਸੀਵ ਨਹੀਂ ਹੋਈ ਹੈਗੀ ਤੇ 20 ਦਿਨਾਂ ਬਾਅਦ ਜਦੋਂ ਹੀਟ ਚਾਈ ਤਾਂ ਫਿਰ ਆਪਾਂ ਨੇ ਇਹਦੇ ਜਿਹੜਾ ਸਿੰਪਲ ਸਿਮਨ ਲਗਾਇਆ ਹੋਇਆ ਹੈਗਾ ਰਮਾਡਾ ਦਾ ਜਿਹੜਾ ਏਵੀਐਸ ਦਾ ਰਮਾਡਾ ਸਿਮਨ ਹੈ ਵੀਰੋਂ ਉਹ ਲੱਗਿਆ ਹੋਇਆ ਹੈਗਾ ਪਹਿਲਾਂ ਆਪਾਂ ਸੈਕ੍ਰੈਟ ਸਿਮਨ ਲਾਇਆ ਸੀਗਾ ਕਨਸੀਵ ਨਹੀਂ ਹੋਈ ਹੈਗੀ ਤਾਂ ਕਰਕੇ ਫਿਰ ਆਪਾਂ ਨੇ ਸੋਚਿਆ ਵੀ ਜ਼ਿਆਦਾ ਰਿਪੀਟ ਕਰਨ ਨਾਲੋਂ ਵੀ ਐਨੀਮਲ ਰਿਪੀਟ ਨਾ ਹੋਵੇ ਤਾਂ ਕਰਕੇ ਫਿਰ ਆਪਾਂ ਨੇ ਦੂਸਰਾ ਸਿੰਪਲ ਸੈਮਨ ਲਾਇਆ ਸੀ ਜਿਹਦੇ ਵਿੱਚ ਇਹ ਕਨਸੀਵ ਹੋ ਗਈ ਕਿਉਂਕਿ ਗਾਵਾਂ ਦੇ ਹਮੇਸ਼ਾ ਆਪਾਂ ਨੂੰ ਇੱਕ ਜਾਂ ਦੋ ਵਾਰੀ ਸੈਕਰੀਟ ਸੀਮਨ ਯੂਜ਼ ਕਰਨਾ ਚਾਹੀਦਾ ਹੈਗਾ ਬਾਰ-ਬਾਰ ਨਹੀਂ ਕਰਨਾ ਚਾਹੀਦਾ ਹੈਗਾ ਤੇ ਜਦੋਂ ਆਪਨੇ ਸਿੰਪਲ ਲਾਇਆ ਭਰਾਵੋ ਉਹਦੀ ਨਾਲ ਦੀ ਨਾਲ ਇਹ ਰਹਿ ਗਈ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਗਾਵਾਂ ਸੈਕਰੀਟ ਸੀਮਨ ਨਾਲ ਰਹਿਣ ਪਲੂਨ ਦੇ ਵਿੱਚ ਇਹਨਾਂ ਦਾ ਰਿਜ਼ਲਟ ਹੁੰਦਾ ਜਿਹੜਾ 90% ਰਹਿੰਦਾ ਹੈਗਾ ਪਰ ਗਾਵਾਂ ਦੇ ਵਿੱਚ ਜਿਹੜਾ 50% ਰਹਿ ਜਾਂਦਾ ਹੈਗਾ ਤਾ ਕਰਕੇ ਇੱਕ ਵਾਰੀ ਤੁਸੀਂ ਜ਼ਰੂਰ ਦੇਖ ਲਿਆ ਕਰੋ ਟਰਾਈ ਕਰਕੇ ਦੁਬਾਰਾ ਆਪ ਨੂੰ ਬਾਰ ਬਾਰ ਜ਼ਰੂਰਤ ਨਹੀਂ ਹੁੰਦੀ ਹੈਗੀ ਉਹਦੇ ਨਾਲ گاਵਾ ਵਿੱਚ ਵੀ ਪ੍ਰੋਬਲਮ ਹੁੰਦੀ ਹੈਗੀ ਤੇ ਰਿਪੀਟਿੰਗ ਦੀ ਵੀ ਪ੍ਰੋਬਲਮ ਆਨ ਲੱਗ ਜਾਂਦੀ ਹੈਗੀ ਜੇ ਆਪਾਂ ਜਿਆਦਾ ਸੈਕਸਿਮ ਲਾਵਾਂਗੇ ਤੇ ਇਹ ਪ੍ਰਵ 44 ਨੰਬਰ ਟੈਗ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਵੀਰੋ ਜਿਹੜੀ ਇਹ ਆਪਣੀ 40 ਨੰਬਰ ਗਾਂ ਆਂਗੀ ਨਾ ਇਹ ਆਪਾਂ ਇੱਕ ਵੀਡੀਓ ਵੀ ਪਾਈ ਹੋਈ ਹੈਗੀ ਤੀਸਰੀ ਵੀਡੀਓ ਪਾਈ ਹੋਈ ਹੈ ਆਪਣੇ ਚੈਨਲ ਦੇ ਉੱਤੇ ਜਦੋਂ ਇਹਦਾ ਸੂਆ ਪਿਆ ਸੀਗਾ ਤੇ ਉਹਦੇ ਵਿੱਚ ਤੁਸੀਂ ਇਹਦਾ ਲੇਵਾ ਵੀ ਦੇਖ ਸਕਦੇ ਹੋਗੇ ਹਨਾ ਬੱਚਾ ਵੀ ਆਇਆ ਸੀਗਾ ਵੀ ਉਹਦੀ ਕਿੰਨੀ ਵਧੀਆ ਗਰੋਥ ਹੋਈ ਹੈਗੀ ਤੇ ਸਾਲ ਦੇ ਅੰਦਰ ਅੰਦਰ ਭਰਾਵੋ ਦੇਖੋ ਇਹਦਾ ਸੂਆ ਵੀ ਪੈ ਰਿਹਾ ਦੁਬਾਰਾ ਤੋਂ ਇਹੇ ਕਾਰਨ ਕੀ ਆਗਾ ਜਦੋਂ ਆਪਾਂ ਐਨੀਮਲ ਨੂੰ ਸੂਣ ਤੋਂ ਬਾਅਦ ਚੰਗੀ ਕੇਅਰ ਰੱਖਦੇ ਆਂਗੇ ਸਹੀ ਤਰੀਕੇ ਨਾਲ ਮੈਨਰ ਦਿੰਨੇ ਆਂਗੇ ਤੇ ਭਰਾਵੋ ਮੈਨੂੰ ਲੱਗਦਾ ਵੀ ਇਹ ਪਹਿਲੇ ਸਿਮਨ ਦੇ ਵਿੱਚ ਕਨਸੀਵ ਹੋ ਗਈ ਸੀਗੀ ਪਹਿਲੇ ਜਾਂ ਦੂਜੇ ਸਿਮਨ ਦੇ ਵਿੱਚ ਵੈਸੇ ਵੀ ਐਨੀਮਲ ਕਨਸੀਵ ਹੋ ਜਾਂਦੇ ਨੇਗੇ ਜਦੋਂ ਆਪਾਂ ਚੰਗੀ ਡਾਈਟ ਰੱਖਦੇ ਆਂਗੇ ਤੇ ਸਾਲ ਦੇ ਅੰਦਰ ਅੰਦਰ ਇਹਦਾ ਸੂਆ ਪੈ ਰਿਹਾ ਹੈਗਾ ਤੇ ਬਾਕੀ ਵੀਰੋ ਮਤਲਬ ਤੁਸੀਂ ਮਤਲਬ ਉੱਥੇ ਵੀ ਜਾ ਕੇ ਦੇਖ ਸਕਦੇ ਹੋਗੇ ਆਪਣੀ ਉਹ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਇਹਦੀ ਜਾਣਕਾਰੀ ਦਿੱਤੀ ਹੋਈ ਹੈਗੀ ਤੇ ਵੀ ਕਿਵੇਂ ਇਹਦਾ ਸੂਆ ਪਿਆਗਾ ਕਿਸ ਤਰ੍ਹਾਂ ਦਾ ਲੇਵਾ ਬਣਿਆਗਾ ਕਿਸ ਤਰ੍ਹਾਂ ਦਾ ਇਹਦਾ ਬੱਚਾਗਾ ਤੇ ਉਹੀ ਗੱਲ ਆ ਭਰਾਵੋ ਜੇ ਆਪਾਂ ਸਹੀ ਤਰੀਕੇ ਨਾਲ ਡਾਈਟ ਰੱਖਾਂਗੇ ਤਾਂ ਐਨੀਮਲ ਆਪਣਾ ਸਾਲ ਦੇ ਅੰਦਰ-ਅੰਦਰ ਦੁਬਾਰਾ ਤੋਂ ਦਾ ਸੂਆ ਪੈ ਜਾਂਦਾਗਾ ਤੇ ਜਿਹੜੀ ਮਿਨਰਲ ਮਿਕਸਚਰ ਨੇਗੇ ਮਤਲਬ ਕੋਈ ਵੀ ਡਾਈਟ ਆ ਕੀ ਭਰਾਵੋ ਨਾ ਵੀ ਜੇ ਮੰਨ ਲਓ 100 ਗ੍ਰਾਮ ਡੋਜ਼ ਬਣਦੀ ਆ ਤਾਂ ਤੁਸੀਂ 120 ਜਾਂ 25 ਗ੍ਰਾਮ ਪਾਓ ਵੱਧ ਪਾਓ ਘੱਟ ਨਾ ਪਾਓ ਫਿਰ ਐਨੀਮਲ ਕੀ ਹੁੰਦਾ ਦੇਖੋ ਨਾ ਤਾਂ ਉਹਦਾ BCS ਟੁੱਟੇ ਨਾ ਵਿਟਾਮਿਨ मिनरल्स ਹੁੰਦੇ ਨੇ ਉਹਨਾਂ ਦੀ ਕਮੀ ਹੋਵੇ ਕਿਉਂਕਿ ਜੇ ਇਹਨਾਂ ਦੀ ਕਮੀ ਰਹੂਗੀ ਦੇਖੋ ਫਿਰ ਵੀ ਕੀ ਹੁੰਦਾਗਾ ਰਹਿਣ ਦੇ ਵਿੱਚ ਦਿੱਕਤ ਆਉਂਦੇ ਨੇਗੀਆਂ ਜਿਹੜਾ ਦੁੱਧਾ ਉਹ ਵੀ ਨਹੀਂ ਇਨਕਰੀਜ਼ ਹੁੰਦਾ ਹੈਗਾ ਤਾਂ ਕਰਕੇ ਡਾਈਟ ਬਹੁਤ ਮੈਟਰ ਕਰਦੀ ਹੈ ਕਿ ਨਾ ਕਿ ਆਪਾਂ ਫੀਡ ਜ਼ਿਆਦਾ ਪਾਈਏ ਫੀਡ ਉਹਨਾ ਮੈਟਰ ਨਹੀਂ ਕਰਦਾ ਹੈਗਾ ਜਿੰਨਾ ਮਤਲਬ ਇਹਨਾਂ ਦਾ ਓਵਰਲ ਨਿਊਟ੍ਰੀਸ਼ਨ ਮੈਟਰ ਕਰਦਾ ਹੈਗਾ ਵੀ ਅਚਾਰ ਹੋ ਗਿਆ ਤੂੜੀ ਹੋ ਗਈ ਮਿਨਰ ਹੋ ਗਏ ਵੀ ਓਵਰਲ ਆਪਾਂ ਇਹਦੀ ਮਤਲਬ ਜਿਹੜਾ ਟੀਐਮਆਰ ਆਗਾ ਜੋ ਇਹਨੂੰ ਲੋਡ ਆ ਰਿਕੁਆਇਰਮੈਂਟ ਦੀ ਉਹ ਐਟ ਲਿਸਟ ਸਾਰੀਆਂ ਦੇ ਅੰਦਰ ਜਾਣ ਚੀਜ਼ਾਂ ਕਈ ਵੀਰ ਕੀ ਕਰਦੇ ਨੇ ਹੁਣ ਗਾਵਾ ਪਰਚੇਜ ਕਰ ਲੈਂਦੇ ਨੇ ਫੋਨ ਆਉਂਦਾਗਾ ਤੇ ਉਹਨਾਂ ਨੂੰ ਆਉਣ ਤੋਂ ਬਾਅਦ ਕੀ ਆਗਾ ਦੇਖੋ ਇੱਕ ਤਾਂ ਮੈਥਡਸ ਦਾ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਥਾਣਾ ਦੇ ਵਿੱਚੋਂ ਖੂਨ ਆਉਣ ਲੱਗ ਜਾਂਦਾਗਾ ਲੇਵਾ ਪੂਰਾ ਹਾਰਡ ਹੋ ਜਾਂਦਾਗਾ ਤੇ ਉਹ ਵੀਰੋ ਕੀ ਗੱਲ ਹੈ ਕਿ ਨਾ ਜਦੋਂ ਆਪਾਂ ਇਹਨਾਂ ਨੂੰ ਡਰਾਈ ਕਰਦੇ ਹਾਂਗੇ ਇੱਕ ਤਾਂ ਉਦੋਂ ਚੰਗੀ ਤਰ੍ਹਾਂ ਨਹੀਂ ਡਰਾਈ ਕਰਦੇ ਹੈਗੇ ਜਦੋਂ ਆਪਾਂ ਕਿਸੇ ਤੋਂ ਪਰਚੇਜ ਕਰਦੇ ਹਾਂ ਨਾ ਨਾਰਮਲ ਤੇ ਉਹ ਟਿਊਬ ਵਗੈਰਾ ਨਹੀਂ ਭਰਦੇ ਹੈਗੇ ਵੀ ਕਹਿਣ ਦਾ ਮਤਲਬ ਨਾ ਹੀ ਉਹ ਡਾਈਟ ਪਾਉਣਾ ਜਿਹਦੇ ਵਿੱਚ ਆਪਾਂ ਦੱਸਿਆ ਹੁੰਦਾਗਾ ਵੀ ਡੀਕੈਟ ਦੇ ਉੱਤੇ ਆਪਾਂ ਨੇ ਕੰਮ ਕਰਨਾਗਾ ਜਦੋਂ ਪੋਜੀਟਿਵ ਹੋ ਜੇ ਨਾਲ ਦੀ ਨਾਲ ਐਨੀਮਲਾਂ ਨੂੰ ਸੂਣ ਤੋਂ ਬਾਅਦ ਪੰਜ ਚਾਰ ਦਿਨਾਂ ਬਾਅਦ ਪ੍ਰੋਬਲਮ ਆਉਂਦੀ ਆਉਂਦੀ ਹੈ ਜੀ ਤੇ ਇਹ ਹੁਣ ਭਰਾਵੋ ਕੀ ਆਗਾ ਦੇਖੋ ਆਪਾਂ ਨੇ ਇਹਨਾਂ ਦਾ ਜਿਹੜਾ ਕੰਮ ਸੀਗਾ ਸ਼ੁਰੂ ਕਰ ਲਿਆ ਵੀ ਕਿਹੜੀ ਇਹਨਾਂ ਨੂੰ ਫੀਡ ਪਾਉਣੀ ਹੈਗੀ ਕਿਹੜਾ ਆਪਾਂ ਮਿਨਰ ਦੇ ਸਕਦੇ ਜਾਂ ਨਹੀਂ ਦੇ ਸਕਦੇ ਹੈਗੇ ਮਿੱਠਾ ਛੋਡਾ ਵਗੈਰਾ ਜੋ ਵੀ ਇਹਨਾਂ ਦਾ ਸਾਰਾ ਟੋਟਲੀ ਬੰਦ ਕਰ ਲਿਆ ਆਪਾਂ ਨੇ ਹੁਣ ਕਿਉਂਕਿ ਆਪਾਂ ਹੁਣ ਇਹਨਾਂ ਦਾ ਪੂਰਾ ਦੋਨੋਂ ਦਾ ਡੀਕੈਟ ਤੇ ਕੰਮ ਤਾ ਜੋ ਜੇਰ ਦੇ ਵਿੱਚ ਵੀ ਨਾ ਕੋਈ ਪ੍ਰੋਬਲਮ ਆਵੇ ਤੇ ਮਿਲਕ ਵੀ ਭਰავੋ ਇਹ 10 12 ਦਿਨਾਂ ਦੇ ਵਿੱਚ ਪੂਰਾ ਮਤਲਬ ਦੇਣ ਦੀ ਕਪੈਸਿਟੀ ਰੱਖਣਾ ਆਪਣਾ ਇਹ 35 40 ਲੀਟਰ ਤੇ ਬਾਗ ਜਾਂ ਨਾ 15 ਦਿਨਾਂ ਦੇ ਵਿੱਚ ਵਿੱਚ ਤੇ ਨਾ ਹੀ ਕੋਈ ਥਣ ਦੀ ਪ੍ਰੋਬਲਮ ਆਵੇ ਤੇ ਨਾ ਹੀ ਕੋਈ ਲੇਬਨ ਨੂੰ ਪ੍ਰੋਬਲਮ ਆਵੇ ਤੇ ਨਾ ਹੀ ਕੋਈ ਮਿਲਕ ਫੀਵਰ ਲਾ ਲ ਓਵਰ ਆਲ ਕੋਈ ਵੀ ਬਿਮਾਰੀ ਨਾ ਆਵੇ ਉਹ ਜੇ ਆਪਾਂ ਹੁਣ ਇਹਨਾਂ ਤੇ ਕੰਮ ਕਰਾਂਗੇ ਇਹਨਾਂ ਤੇ ਹੁਣ ਖਰਚਾ ਕਰਾਂਗੇ ਤਿਆਰ ਕਰਾਂਗੇ ਪ੍ਰੋਪਰ ਤਰੀਕੇ ਨਾਲ ਫਿਰ ਬਿਲਕੁਲ ਵੀ ਇਹ ਮਤਲਬ ਜਿਹੜੀ ਪ੍ਰੋਬਲਮ ਆਉਂਦੀ ਨਹੀਂ ਹੈਗੀ ਇਹ ਉਦੋਂ ਆਉਂਦੀ ਹੈ ਕਿ ਜਦੋਂ ਆਪਾਂ ਕੀ ਕਰਦੇ ਆਗੇ ਡਰਾਈ ਟਾਈਮ ਦੇ ਉੱਤੇ ਇਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ ਹੈਗੇ ਨਾ ਹੀ ਕੋਈ ਸਹੀ ਤਰੀਕੇ ਨਾਲ ਫੀਡ ਦੰਨੇ ਆਗੇ ਕਈ ਵਾਰੀ ਕੀ ਹੁੰਦਾ ਜਿਹੜੀਆਂ ਚੀਜ਼ਾਂ ਨਹੀਂ ਦੇਣੀਆਂ ਹੈਗੀਆਂ ਆਪਾਂ ਉਹ ਦੇਈ ਜਾਂਦੇ ਆਗੇ ਜਿਹੜੀਆਂ ਦੇਣ ਦੀ ਲੋੜ ਹੁੰਦੀ ਹੈਗੀ ਉਹ ਆਪਾਂ ਬੰਦ ਕਰ ਦੰਨੇ ਆਗੇ ਤੇ ਇਹ ਭਰਾਵੋ ਕੀ ਹੁੰਦਾਗਾ ਫਿਰ ਬਾਅਦ ਚ ਪ੍ਰੋਬਲਮ ਆਉਂਦੀਆਂ ਨੇਗੀਆਂ ਬਹੁਤ ਵੀਰਾਂ ਦੇ ਚੀਜ਼ਾਂ ਦੇ ਫੋਨ ਆਉਂਦੇ ਨੇ ਵੀ ਆਪਾਂ ਗਾਂ ਲੈ ਕੇ ਆਏ ਸੀਗੇ ਤੇ ਵੀ ਮਤਲਬ ਥਾਣਾ ਚ ਖੂਨ ਆਉਣ ਲੱਗ ਗਿਆ ਵੀ ਪੱਥਰ ਵਾਂਗੂ ਲੇਵਾ ਹੋਇਆ ਪਿਆਗਾ ਤੇ ਉਹ ਮਤਲਬ ਫਿਰ ਕੀ ਹੁੰਦਾਗਾ ਭਰਾਵੋ ਸੂਬਾ ਸਾਰਾ ਖਰਾਬ ਹੋ ਜਾਂਦਾਗਾ ਫਿਰ ਉਹ ਉਦੋਂ ਕੋਈ ਉਹ ਮਤਲਬ ਨਾ ਹੀ ਉਹ ਚੰਗੀ ਤਰ੍ਹਾਂ ਠੀਕ ਹੋਣ ਜਿੰਨਾਂ ਨੂੰ ਇਦਾਂ ਦੀ ਪ੍ਰੋਬਲਮ ਆ ਜੇ ਉਹ ਫਿਰ ਅਗਲੇ ਸੂਏ ਜਦੋਂ ਆਪਾਂ ਡਰਾਈ ਕਰਦੇ ਆਂਗੇ ਅਗਲੇ ਸੂਏ ਵਾਸਤੇ ਉਦੋਂ ਜਾ ਕੇ ਉਹ ਠੀਕ ਹੁੰਦੀਆਂ ਨੇ ਇਹਦੀਆਂ ਤਾਂ ਕਰਕੇ ਇਹ ਚੀਜ਼ਾਂ ਬਹੁਤ ਜ਼ਰੂਰੀ ਮੈਟਰ ਕਰਦੀਆਂ ਨੇ ਕਿ ਵੀ ਆਪਾਂ ਡਰਾਈ ਕਿਸ ਤਰ੍ਹਾਂ ਕਰਦੇ ਆਂਗੇ ਤੇ ਬਾਕੀ ਭਰਾਵੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਵੀ ਜਿਹੜੇ ਭਰਾਵਾਂ ਨੂੰ ਚਲੋ ਲੋਡ ਹੁੰਦੀ ਹੈਗੀ گاਵਾਂ ਦੀ ਤੇ ਉਹਨਾਂ ਤੱਕ ਵੀਡੀਓ ਪਹੁੰਚ ਜਾਏ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਬਾਕੀ ਵੀਰੋ ਜਿਹੜਾ ਪ੍ਰਾਈਸ ਹੋਊਗਾ ਦੇਖੋ ਉਹ ਆਪਾਂ ਫੋਨ ਤੇ ਗੱਲ ਕਰਾਂਗੇ ਕਿਉਂਕਿ ਸਿੰਗਲ ਦਾ ਪ੍ਰਾਈਸ ਅਲੱਗ ਹੁੰਦਾਗਾ ਜੇ ਇਕੱਠੀਆਂ ਦੋ ਲੈਣੀਆਂ ਨੇਂ ਗੀਆਂ ਉਹਨਾਂ ਦਾ ਪ੍ਰਾਈਸ ਹੋਰ ਹੋ ਜਾਂਦਾਗਾ ਤੇ ਬਾਕੀ ਵੀਰੋ ਆਪਾਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਦੇਤੀ ਓਵਰਆਲ ਵੀ ਮਿਲਕ ਕਿੰਨਾ ਗਿਆ ਸਿਮਨ ਕਿਹੜਾ ਲੱਗਿਆ ਹੋਇਆਗਾ ਆਪ ਕਿਹੜੇ ਸਿਮਨ ਦੀਆਂ ਨੇਗੀਆਂ ਲੇਵਾ ਵਗੈਰਾ ਸਾਰਾ ਓਵਰਆਲ ਬੀਸੀਐਸ ਤੁਸੀਂ ਦੇਖ ਸਕਦੇ ਹੋਗੇ ਤੇ ਵੀਰਾਂ ਨੂੰ ਇੱਕ ਬੇਨਤੀ ਹੈਗੀ ਕਈ ਵਾਰੀ ਵੀਰ ਕੀ ਕਰਦਨੇ ਜਿਵੇਂ ਪਹਿਲਾਂ ਵੀ ਆਪਾਂ ਨੇ ਹਿਫ ਹਿਫਰਾਂ ਵੇਚੀਆਂ ਨੇਗੀਆਂ ਤੇ ਉਹ ਥੋੜੀ ਜੀ ਵੀਡੀਓ ਸੁਣ ਕੇ ਫਿਰ ਉਹ ਮਤਲਬ ਸਾਰੀ ਇਨਫ ਤੇ ਭਰਾਵੋ ਕੀ ਹੁੰਦਾਗਾ ਫਿਰ ਸਾਰੀ ਇਨਫੋਰਮੇਸ਼ਨ ਚੰਗੇ ਚਾਰੇ ਡਿਟੇਲ ਚ ਦਿੱਤੀ ਨਹੀਂ ਜਾਂਦੀ ਹੈਗੀ ਤਾਂ ਕਰਕੇ ਵੀ ਬੇਨਤੀ ਹੈ ਵੀ ਤੁਸੀਂ ਵੀਡੀਓ ਜਿਹੜੀ ਪੂਰੀ ਸੁਣਿਓ ਜਿਹਦੇ ਵਿੱਚ ਆਪਾਂ ਸਾਰਾ ਸਾਨੂੰ ਦੱਸਿਆ ਹੋਇਆ ਹੈਗਾ ਇਹਦੇ ਬਾਰੇ ਤੇ ਫਿਰ ਭਰਾਵੋ ਤੁਸੀਂ ਮਤਲਬ ਤੁਹਾਨੂੰ ਵੀ ਈਜ਼ੀ ਰਹੂਗਾ ਤੇ ਜਿਹੜਾ ਫੋਨ ਤੇ ਆਪਾਂ ਸਿਰਫ ਰੇਟ ਦੀ ਡਿਸਕਸ ਕਰੀਏ ਤੇ ਇਹ ਓਵਰਆਲ ਸੀਗਾ ਵੀਰੋ ਸਾਰਾ ਇਹਨਾਂ ਦਾ